ਆਏ ਦਿਨ ਚੋਰੀ ਦੀਆਂ ਵਾਰਦਾਤਾਂ ਨਾਲ ਜਿੱਥੇ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਰਕਰਾਰ ਹੈ, ਉੱਥੇ ਲੇਡੀਜ਼ ਵੱਲੋਂ ਵੀ ਇਹਨਾਂ ਵਾਰਦਾਤਾਂ ਨੂੰ ਦਿੱਤਾ ਜਾ ਰਿਹਾ ਅੰਜਾਮ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲੀਆ ਚਿੰਨ ਲਗਾ ਰਿਹਾ ਹੈ। ਪ੍ਰਤਾਪ ਚੌਂਕ ਦੇ ਨਜ਼ਦੀਕ ਪੈਂਦੇ ਇਲਾਕਾ ਪ੍ਰਤਾਪ ਨਗਰ ਦੀ ਗਲੀ ਨੰਬਰ 1 ਸਥਿਤ ਲੰਡਨ ਫੈਸ਼ਨ ਸਟੋਰ ਤੇ ਹੋਈ ਚੋਰੀ ਦੀ ਵਾਰਦਾਤ ਨੂੰ 5 ਔਰਤਾਂ ਨੇ ਇਸ ਤਰ੍ਹਾਂ ਅੰਜਾਮ 'ਚ ਲਿਆਂਦਾ ਜਿਸ ਤਰ੍ਹਾਂ ਉਹਨਾਂ ਨੂੰ ਕਿਸੇ ਕਿਸਮ ਦਾ ਖੌਫ ਨਾ ਹੋਵੇ। 5 ਔਰਤਾਂ ਨੇ ਜੁਗਾੜ ਲਗਾਉਂਦੇ ਹੋਏ ਆਪਣੀ ਤਾਕਤ ਨਾਲ ਦੁਕਾਨ ਦੇ ਛੱਟਰ ਨੂੰ ਉਖਾੜਿਆ ਅਤੇ ਉਸ ਤੋਂ ਬਾਅਦ ਅੰਦਰ ਪਿਆ 1 ਤੋਂ 1.5 ਲੱਖ ਰੁਪਏ ਦਾ ਰੈਡੀਮੇਡ ਅਤੇ ਆਮ ਕੱਪੜਾ ਲੈ ਕੇ ਫਰਾਰ ਹੋ ਗਈਆਂ। ਇਹ ਚੋਰੀ ਦੀ ਵਾਰਦਾਤ ਸਾਫ਼ ਸਾਫ਼ CCTV ਕੈਮਰੇ 'ਚ ਕੈਦ ਹੋ ਗਈ, ਜਿਸ ਦੀ ਝਲਕ ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਇਸ ਬਾਰੇ ਜਦ ਦੁਕਾਨਦਾਰ ਰਵਿੰਦਰ ਸਿੰਘ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਤਾਂ ਉਹਨਾਂ ਵੱਲੋਂ ਆਰੋਪੀਆਂ ਦੀ ਪਹਿਚਾਣ ਕਰਕੇ ਅਗਲੀ ਕਾਰਵਾਈ ਕਰਨ ਦੇ ਭਰੋਸੇ ਤੋਂ ਬਗੈਰ ਹੋਰ ਕੁਝ ਪ੍ਰਾਪਤ ਨਹੀਂ ਹੋਇਆ। ਮੇਰਾ ਨਾਮ ਰਵਿੰਦਰ ਸਿੰਘ ਹੈ ਜੀ। ਕਿਹੜੀ ਜਗ੍ਹਾ ਦੁਕਾਨ ਹੈ? ਮੇਰੀ ਦੁਕਾਨ ਹੈਗੀ ਜੀ ਪ੍ਰਤਾਪ ਨਗਰ ਗਲੀ ਨੰਬਰ 1 ਦੇ ਵਿੱਚ ਸੰਗੀਤ ਸਿੰਘ ਦੇ ਕੋਲ। ਮਾਮਲਾ ਜੀ, ਸਵੇਰੇ ਸਾਨੂੰ ਕਿਸੇ ਗੁਆਂਢੀ ਨੇ ਫੋਨ ਕੀਤਾ ਸਵੇਰੇ 6 ਵਜੇ ਵੀ ਤੁਹਾਡਾ ਸ਼ਟਰ ਟੁੱਟਿਆ ਹੈ, ਅਤੇ ਅਸੀਂ ਜਦੋਂ ਆ ਕੇ ਦੇਖਿਆ, ਅਸੀਂ ਦੂਜਾ ਸ਼ਟਰ ਖੋਲ੍ਹਿਆ, ਅੰਦਰ ਆ ਕੇ ਦੇਖਿਆ ਅਤੇ ਅੰਦਰ ਸਮਾਨ ਵੀ ਗਾਇਬ ਸੀਗਾ, ਅਤੇ ਅਸੀਂ ਹੌਲੀ ਹੌਲੀ ਦੇਖਿਆ ਅਤੇ ਸਾਡੀ ਦੂਜੀ ਦੁਕਾਨ ਸਾਰੀ ਰੈਡੀਮੇਡ ਸਾਰਾ ਮਾਲ ਚੱਕ ਕੇ ਲੈ ਗਈਆਂ, ਅਤੇ ਉਸ ਤੋਂ ਬਾਅਦ ਅਸੀਂ CCTV ਦੀ ਫੁਟੇਜ ਦੇਖੀ, ਜਿਹ 'ਚ 5 ਜਨਾਨੀਆਂ ਨੇ ਸਾਡਾ ਪਹਿਲਾਂ ਸ਼ਟਰ ਤੋੜਿਆ, ਤੋੜ ਕੇ ਫਿਰ ਉਹਦੇ ਵਿੱਚ ਦੀ ਸਾਡਾ ਸਾਰਾ ਸਮਾਨ ਕੱਢ ਕੇ ਲੈ ਗਈਆਂ। ਪੁਲਿਸ ਨੂੰ ਅਸੀਂ ਕੰਪਲੇਂਟ ਕੀਤੀ ਆ, ਉਹ ਕਹਿੰਦੇ ਦਰਖਾਸਤ ਦੇ ਜਾਓ, ਦਰਖਾਸਤ ਅਸੀਂ ਉੱਥੇ ਦੇ ਦਿੱਤੀ ਆ, ਉਹ ਕਹਿੰਦੇ ਜੇ ਬਾਕੀ ਦੇਖਾਂਗੇ ਅਸੀਂ ਜਦੋਂ ਕੋਈ ਹੋਊਗਾ ਲੱਭਾਂਗੇ ਤੁਹਾਨੂੰ ਦੱਸ ਦਾਂਗੇ। ਚੋਰੀ ਆਪਣੀ ਕੋਈ 1.25-1.5 ਲੱਖ ਦਾ ਮਾਲ ਸੀਗਾ ਜਿਹੜਾ ਸਾਰਾ ਲੈ ਗਿਆ ਸਾਡਾ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਰਵੀ ਸ਼ਰਮਾ ਦੇ ਨਾਲ ਫੋਕਸ.ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।